ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ, ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਨੂੰ ਇੰਨਾ ਪਿਆਰ ਸਤਿਕਾਰ ਦੇਣ ਦੇ ਲਈ। ਸੋ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਆ ਜੀ, ਕਿਉਂਕਿ ਜਿੱਥੇ ਜਿੱਥੇ ਵੀ ਫਿਲਮ ਲੱਗੀ ਆ, ਸੋ ਤੁਹਾਡੇ ਜਿਹੜੇ ਰਿਵਿਊਜ਼ ਨੇ ਔਰ ਹਾਊਸਫੁੱਲ ਸਾਰੇ ਪਾਸੇ ਚੱਲ ਰਹੇ ਨੇ, ਕਿਉਂਕਿ ਅੱਜ ਆਲਮੋਸਟ ਹੁਣ ਤੀਜਾ ਵੀਕ ਸਟਾਰਟ ਹੋਣ ਵਾਲਾ ਵਾ, ਅਤੇ ਚਾਰੇ ਪਾਸੇ ਹਨੇਰੀਆਂ ਹੀ ਲਿਆਤੀਆਂ ਤੁਸੀਂ। ਬੜਾ ਡਰ ਸੀ ਮਨ ਦੇ ਵਿੱਚ, ਕਿਉਂਕਿ ਪਹਿਲੀਆਂ ਦੋਨੇ ਫਿਲਮਾਂ ਅਰਦਾਸ ਤੇ ਅਰਦਾਸ ਕਰਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ। ਮੇਰੇ ਮਨ 'ਚ ਸੀ, ਮੈਂ ਕਿਹਾ ਯਾਰ ਕੋਈ ਇੱਦਾਂ ਦੀ ਚੀਜ਼ ਨਾ ਹੋ ਜਾਵੇ ਜਿਹੜੀ ਤੁਹਾਨੂੰ ਕੋਈ ਬੁਰੀ ਲੱਗੇ, ਬਟ ਤਹਿ ਦਿਲੋਂ ਧੰਨਵਾਦ ਤੁਹਾਡਾ। ਜਦੋਂ ਮੈਂ ਵੀਡੀਓਜ਼ ਦੇਖਦਾ ਲੋਕਾਂ ਦੀਆਂ ਜਿਹੜੀਆਂ ਰੋਜ਼ ਆ ਰਹੀਆਂ, ਕੋਈ ਟਰਾਲੀਆਂ 'ਤੇ ਜਾ ਰਹੇ ਆ ਅੱਡ ਅੱਡ ਜਗ੍ਹਾ ਦੇ ਉੱਤੇ, ਗੋਆ ਵਰਗੇ ਸ਼ਹਿਰ ਦੇ ਵਿੱਚ, ਜੈਪੁਰ, ਗੋਆ, ਉੱਧਰ ਕਲਕੱਤੇ, ਹਰ ਪਾਸੇ ਮਤਲਬ ਲੋਕ ਆਪ ਸਕਰੀਨਾਂ ਖਰੀਦ ਖਰੀਦ ਕੇ ਪੂਰੀਆਂ ਲੋਕਾਂ ਨੂੰ ਲਿਆ ਕੇ ਫਿਲਮ ਦਿਖਾ ਰਹੇ ਨੇ, ਹਨਾ, ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਸੋ ਅਸੀਂ ਬੜੇ ਇਮੋਸ਼ਨਲ ਹੋ ਜਾਂਦੇ ਹਾਂ ਉਸ ਗੱਲ ਦੇ ਉੱਤੇ। ਸੋ ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਬਹੁਤ ਸਾਰਾ ਪਿਆਰ, ਤੇ ਕੋਸ਼ਿਸ਼ ਕਰਾਂਗੇ ਇੱਦਾਂ ਦੀਆਂ ਫਿਲਮਾਂ ਬਣਾਈਏ। ਤੇ ਤੀਜਾ ਵੀਕ ਸ਼ੁਰੂ ਹੋ ਰਿਹਾ, ਜਿਨ੍ਹਾਂ ਨੇ ਹਲੇ ਤੱਕ ਨਹੀਂ ਦੇਖੀ ਹੈਗੀ ਫਿਲਮ, ਜਾ ਕੇ ਦੇਖੋ ਔਰ ਕੋਸ਼ਿਸ਼ ਕਰਿਓ ਕਿ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਆਪਣੇ ਆਂਢ ਗੁਆਂਢ ਸਾਰਿਆਂ ਨੂੰ ਲੈ ਕੇ ਜਾਓ। ਕਈ ਵਾਰੀ ਦਿਲਾਂ ਦੇ ਵਿੱਚ ਐਵੇਂ ਹੀ ਆਪਾਂ ਛੋਟੇ ਮੋਟੇ ਰੋਸੇ ਰੱਖੀ ਫਿਰਦੇ ਹੁੰਦੇ ਹਾਂ, ਸੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਦੂਰ ਹੋਣਗੀਆਂ ਫਿਲਮ ਦੇਖ ਕੇ। ਇੱਕ ਵਾਰੀ ਫਿਰ ਤੋਂ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ, ਥੈਂਕ ਯੂ ਸੋ ਮਚ ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਨੂੰ ਇੰਨਾ ਪਿਆਰ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ, ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਨੂੰ ਇੰਨਾ ਪਿਆਰ ਸਤਿਕਾਰ ਦੇਣ ਦੇ ਲਈ। ਸੋ ਮੇਰੇ ਵੱਲੋਂ, ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਆ ਜੀ, ਕਿਉਂਕਿ ਜਿੱਥੇ ਜਿੱਥੇ ਵੀ ਫਿਲਮ ਲੱਗੀ ਆ, ਸੋ ਤੁਹਾਡੇ ਜਿਹੜੇ ਰਿਵਿਊਜ਼ ਨੇ ਔਰ ਹਾਊਸਫੁੱਲ ਸਾਰੇ ਪਾਸੇ ਚੱਲ ਰਹੇ ਨੇ, ਕਿਉਂਕਿ ਅੱਜ ਆਲਮੋਸਟ ਹੁਣ ਤੀਜਾ ਵੀਕ ਸਟਾਰਟ ਹੋਣ ਵਾਲਾ ਵਾ, ਅਤੇ ਚਾਰੇ ਪਾਸੇ ਹਨੇਰੀਆਂ ਹੀ ਲਿਆਤੀਆਂ ਤੁਸੀਂ। ਬੜਾ ਡਰ ਸੀ ਮਨ ਦੇ ਵਿੱਚ, ਕਿਉਂਕਿ ਪਹਿਲੀਆਂ ਦੋਨੇ ਫਿਲਮਾਂ ਅਰਦਾਸ ਤੇ ਅਰਦਾਸ ਕਰਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ। ਮੇਰੇ ਮਨ 'ਚ ਸੀ, ਮੈਂ ਕਿਹਾ ਯਾਰ ਕੋਈ ਇੱਦਾਂ ਦੀ ਚੀਜ਼ ਨਾ ਹੋ ਜਾਵੇ ਜਿਹੜੀ ਤੁਹਾਨੂੰ ਕੋਈ ਬੁਰੀ ਲੱਗੇ, ਬਟ ਤਹਿ ਦਿਲੋਂ ਧੰਨਵਾਦ ਤੁਹਾਡਾ। ਜਦੋਂ ਮੈਂ ਵੀਡੀਓਜ਼ ਦੇਖਦਾ ਲੋਕਾਂ ਦੀਆਂ ਜਿਹੜੀਆਂ ਰੋਜ਼ ਆ ਰਹੀਆਂ, ਕੋਈ ਟਰਾਲੀਆਂ 'ਤੇ ਜਾ ਰਹੇ ਆ ਅੱਡ ਅੱਡ ਜਗ੍ਹਾ ਦੇ ਉੱਤੇ, ਗੋਆ ਵਰਗੇ ਸ਼ਹਿਰ ਦੇ ਵਿੱਚ, ਜੈਪੁਰ, ਗੋਆ, ਉੱਧਰ ਕਲਕੱਤੇ, ਹਰ ਪਾਸੇ ਮਤਲਬ ਲੋਕ ਆਪ ਸਕਰੀਨਾਂ ਖਰੀਦ ਖਰੀਦ ਕੇ ਪੂਰੀਆਂ ਲੋਕਾਂ ਨੂੰ ਲਿਆ ਕੇ ਫਿਲਮ ਦਿਖਾ ਰਹੇ ਨੇ, ਹਨਾ, ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ। ਸੋ ਅਸੀਂ ਬੜੇ ਇਮੋਸ਼ਨਲ ਹੋ ਜਾਂਦੇ ਹਾਂ ਉਸ ਗੱਲ ਦੇ ਉੱਤੇ। ਸੋ ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਬਹੁਤ ਸਾਰਾ ਪਿਆਰ, ਤੇ ਕੋਸ਼ਿਸ਼ ਕਰਾਂਗੇ ਇੱਦਾਂ ਦੀਆਂ ਫਿਲਮਾਂ ਬਣਾਈਏ। ਤੇ ਤੀਜਾ ਵੀਕ ਸ਼ੁਰੂ ਹੋ ਰਿਹਾ, ਜਿਨ੍ਹਾਂ ਨੇ ਹਲੇ ਤੱਕ ਨਹੀਂ ਦੇਖੀ ਹੈਗੀ ਫਿਲਮ, ਜਾ ਕੇ ਦੇਖੋ ਔਰ ਕੋਸ਼ਿਸ਼ ਕਰਿਓ ਕਿ ਬੱਚਿਆਂ ਨੂੰ, ਬਜ਼ੁਰਗਾਂ ਨੂੰ, ਆਪਣੇ ਆਂਢ ਗੁਆਂਢ ਸਾਰਿਆਂ ਨੂੰ ਲੈ ਕੇ ਜਾਓ। ਕਈ ਵਾਰੀ ਦਿਲਾਂ ਦੇ ਵਿੱਚ ਐਵੇਂ ਹੀ ਆਪਾਂ ਛੋਟੇ ਮੋਟੇ ਰੋਸੇ ਰੱਖੀ ਫਿਰਦੇ ਹੁੰਦੇ ਹਾਂ, ਸੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਦੂਰ ਹੋਣਗੀਆਂ ਫਿਲਮ ਦੇਖ ਕੇ। ਇੱਕ ਵਾਰੀ ਫਿਰ ਤੋਂ ਤਹਿ ਦਿਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ, ਥੈਂਕ ਯੂ ਸੋ ਮਚ ਸਾਡੀ ਫਿਲਮ ਅਰਦਾਸ ਸਰਬੱਤ ਦੇ ਭਲੇ ਨੂੰ ਇੰਨਾ ਪਿਆਰ ਦੇਣ ਦੇ ਲਈ। ਸਤਿ ਸ਼੍ਰੀ ਅਕਾਲ ਜੀ।